ਕਹਿੰਦੇ ਨੇ ਕਿ ਮਾੜੇ ਸਮੇਂ 'ਚ ਇਨਸਾਨ ਜਾਂ ਤਾਂ ਟੁੱਟ ਜਾਂਦਾ ਹੈ ਜਾਂ ਕੁਝ ਬਣ ਜਾਂਦਾ ਹੈ। ਸ਼ੁਭਰੀਤ ਕੌਰ ਘੁੰਮਣ ਨਾਮ ਸਭ ਨੂੰ ਚੰਗੀ ਤਰ੍ਹਾਂ ਯਾਦ ਹੋਣਾ ਹੈ, ਜਿਨ੍ਹਾਂ ਨੂੰ ਕਿ ਵਨ ਲੈਗ ਡਾਂਸਰ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਦੀ ਲਾਈਫ 'ਚ ਬੁਰਾ ਵਕਤ ਬਹੁਤ ਵਾਰ ਆਇਆ ਅਤੇ ਸ਼ਾਇਦ ਅਜੇ ਵੀ ਉਹਨਾਂ ਨੂੰ ਪਰਖਣ ਤੋਂ ਨਹੀਂ ਹਟਿਆ, ਕਿਉਂਕਿ ਉਹਨਾਂ ਨੂੰ ਉਸ ਉਮਰ 'ਚ ਆਪਣੀ ਇੱਕ ਲੱਤ ਗਵਾਉਣੀ ਪਈ ਜਿਸ 'ਚ ਕਈ ਨੌਜਵਾਨ ਬਹੁਤ ਕੁਝ ਕਰਨ ਦੀ ਸੋਚੀ ਬੈਠੇ ਹੁੰਦੇ ਨੇ, ਪਰ ਉਹਨਾਂ ਨੇ ਅੰਗਹੀਣ ਹੋਣ ਤੋਂ ਬਾਅਦ ਵੀ ਉਹ ਹਾਸਲ ਕੀਤਾ ਜੋ ਇੱਕ ਚੰਗੇ ਭਲੇ ਇਨਸਾਨ ਦੀ ਸੋਚ ਤੋਂ ਪਰੇ ਹੈ। ਦੋਸਤੋ, ਅੱਜ ਤੁਹਾਡੇ ਲਈ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਸ਼ੁਭਰੀਤ ਕੌਰ ਘੁੰਮਣ ਦੇ ਬਾਰੇ, ਅਤੇ ਜਾਣਾਂਗੇ ਕਿ ਕਿਵੇਂ ਉਹਨਾਂ ਨੇ ਐਕਸੀਡੈਂਟ ਹੋਣ ਤੋਂ ਬਾਅਦ ਡਾਕਟਰਸ ਦੀ ਇੱਕ ਗਲਤੀ ਨਾਲ ਇੱਕ ਲੱਤ ਗਵਾਈ, ਕਿਉਂ ਡਾਕਟਰਸ ਅਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਬਚਣ ਦੀ ਆਸ ਛੱਡ ਦਿੱਤੀ ਸੀ ਅਤੇ ਕਿਸ ਤਰ੍ਹਾਂ ਉਹ ਇਸ ਟਾਈਮ 'ਚੋਂ ਬਾਹਰ ਨਿਕਲੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਅਤੇ ਮੇਰਾ ਨਾਮ ਹੈ ਜੀ ਗਗਨਦੀਪ। ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ, ਕਿਉਂਕਿ ਸ਼ੁਭਰੀਤ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਅਤੇ ਹੋਰ ਮਸ਼ਹੂਰ ਲੋਕਾਂ ਅਤੇ ਸਿਤਾਰਿਆਂ ਬਾਰੇ ਜਾਣਨ ਲਈ ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਜਾਣਦੇ ਹੁਣ ਪੰਜਾਬ ਦੀ ਇਸ ਧੀ ਦੇ ਬਾਰੇ। ਸ਼ੁਭਰੀਤ ਕੌਰ ਦਾ ਜਨਮ ਹੋਇਆ 22 ਅਪ੍ਰੈਲ 1986 ਨੂੰ ਜ਼ਿਲ੍ਹਾ ਸੰਗਰੂਰ ਅਮਰਗੜ੍ਹ ਦੇ ਪਿੰਡ ਝੁੰਡਾਂ 'ਚ ਪਿਤਾ ਰਣਜੀਤ ਸਿੰਘ ਅਤੇ ਮਾਤਾ ਚਰਨਜੀਤ ਕੌਰ ਦੇ ਘਰ। ਪਰਿਵਾਰ 'ਚ ਸ਼ੁਭਰੀਤ ਦੀ ਇੱਕ ਛੋਟੀ ਭੈਣ ਵੀ ਨੇ ਅਤੇ ਭਰਾ ਵੀ ਨੇ। ਭੈਣ ਦਾ ਨਾਮ ਹੈ ਸੁਰਮੀਤ ਕੌਰ। ਸ਼ੁਭਰੀਤ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਕੂਲ ਦੀ ਪੜ੍ਹਾਈ ਪੂਰੀ ਕਰਨ ਮਗਰੋਂ GNM ਨਰਸਿੰਗ ਦਾ ਕੋਰਸ ਕੀਤਾ ਅਤੇ ਬਾਅਦ 'ਚ BSc ਨਰਸਿੰਗ ਦੀ ਪੜ੍ਹਾਈ ਸ਼ੁਰੂ ਕੀਤੀ, ਜਿਸ ਦੌਰਾਨ ਉਹਨਾਂ ਦਾ ਐਕਸੀਡੈਂਟ ਹੋਇਆ। ਐਕਸੀਡੈਂਟ ਹੋਣ ਤੋਂ ਬਾਅਦ ਉਹਨਾਂ ਨੇ ਕੋਸਮੈਟੋਲੋਜੀ 'ਚ ਪੜ੍ਹਾਈ ਪੂਰੀ ਕੀਤੀ। ਪੜ੍ਹਾਈ ਦੇ ਨਾਲ ਹੀ ਸ਼ੁਭਰੀਤ ਨੇ 6 ਸਾਲ ਤੱਕ ਲੋਨ ਟੈਨਿਸ ਵੀ ਖੇਡੀ, ਜਿਸ 'ਚ ਉਹ ਨੈਸ਼ਨਲ ਲੈਵਲ ਤੱਕ ਗਏ। ਦੋਸਤੋ, ਸ਼ੁਭਰੀਤ ਦੇ ਜੀਵਨ ਦੀ ਗੱਲ ਕਰੀਏ ਤਾਂ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਸ਼ਰਾਬ ਪੀਣ ਦੇ ਆਦੀ ਸੀ, ਜਿਸ ਕਰਕੇ ਉਹ ਘਰ 'ਚ ਉਹਨਾਂ ਦੀ ਮਾਤਾ ਜੀ ਦੇ ਨਾਲ ਕੁੱਟਮਾਰ ਕਰਦੇ ਸੀ। ਅਕਸਰ ਮੈਂ ਸਕੂਲ ਤਾਂ ਜਾਂਦੀ ਸੀ ਪਰ ਮੇਰਾ ਧਿਆਨ ਮੇਰੀ ਮਾਤਾ ਜੀ 'ਚ ਹੀ ਰਹਿੰਦਾ ਸੀ। ਪਰ ਜਦੋਂ ਸ਼ੁਭਰੀਤ 9ਵੀਂ ਕਲਾਸ 'ਚ ਪੜ੍ਹ ਰਹੀ ਸੀ, ਉਸ ਸਮੇਂ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਘਰ ਅਤੇ 3 ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਮਾਤਾ ਜੀ 'ਤੇ ਆ ਗਈ। ਉਹਨਾਂ ਦੀ ਮਾਤਾ ਨੇ ਹੌਂਸਲੇ ਨਾਲ ਕੰਮ ਲੈਂਦੇ ਹੋਏ ਘਰ ਦੇ ਬੱਚੇ ਸੰਭਾਲੇ, ਪਰ ਸਮੇਂ-ਸਮੇਂ 'ਤੇ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਰਹੀਆਂ। ਫਿਰ ਇੱਕ ਸਮਾਂ ਇਹੋ ਜਿਹਾ ਵੀ ਆਇਆ ਜਿਸ ਨੇ ਸ਼ੁਭਰੀਤ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। BSc ਨਰਸਿੰਗ ਕਰਨ ਦੇ ਦੌਰਾਨ ਜਦੋਂ ਉਹ ਆਪਣੀ ਸਕੂਟੀ 'ਤੇ ਵਾਪਸ ਘਰ ਨੂੰ ਆ ਰਹੀ ਸੀ ਤਾਂ 21 ਅਕਤੂਬਰ 2009 ਨੂੰ ਉਹਨਾਂ ਦਾ ਐਕਸੀਡੈਂਟ ਹੋਇਆ, ਜਿਸ 'ਚ ਉਹਨਾਂ ਦੀ ਇੱਕ ਲੱਤ 'ਚ ਫ੍ਰੈਕਚਰ ਹੋਇਆ। ਸ਼ੁਭਰੀਤ ਕਹਿੰਦੇ ਨੇ ਕਿ ਮੈਂ ਸੋਚਿਆ ਕਿ ਇੱਕ ਫ੍ਰੈਕਚਰ ਹੀ ਹੋਇਆ, ਜ਼ਿਆਦਾ ਵੱਡੀ ਗੱਲ ਨਹੀਂ। ਉਹਨਾਂ ਦਾ ਓਪਰੇਸ਼ਨ ਕੀਤਾ ਗਿਆ ਪਰ ਓਪਰੇਸ਼ਨ ਦੇ ਦੌਰਾਨ ਜ਼ਿਆਦਾ ਬਲੀਡਿੰਗ ਹੋਣ ਕਾਰਨ ਉਹ ਪਾਰਸ਼ੀਅਲ ਕੋਮਾ 'ਚ ਚਲੇ ਗਏ ਔਰ ਡਾਕਟਰਸ ਨੇ ਉਹਨਾਂ ਦੇ ਪਰਿਵਾਰ ਨੂੰ ਜਵਾਬ ਦਿੱਤਾ ਕਿ ਬਚਣ ਦੀ ਉਮੀਦ ਬਹੁਤ ਘੱਟ ਹੈ। ਇਸ ਤੋਂ ਬਾਅਦ ਕੁਝ ਹੋਰ ਡਾਕਟਰਸ ਨੇ ਇੱਕ ਹੋਰ ਓਪਰੇਸ਼ਨ ਦੇ ਨਾਲ ਬਲੀਡਿੰਗ ਬੰਦ ਕੀਤੀ। ਇਸ ਦੌਰਾਨ ਡਾਕਟਰਸ ਤੋਂ ਇੱਕ ਗਲਤੀ ਹੋ ਗਈ ਜਿਸ ਨਾਲ ਸ਼ੁਭਰੀਤ ਦੀ ਸੈਂਸੇਸ਼ਨ ਨਰਵ ਯਾਨੀ ਕਿ ਮਹਿਸੂਸ ਕਰਨ ਦੀ ਨਸ ਉਹਨਾਂ ਕੋਲੋਂ ਡੈਮੇਜ ਹੋ ਗਈ। ਸ਼ੁਭਰੀਤ ਨੂੰ ਆਪਣੀ ਇੱਕ ਲੱਤ ਮਹਿਸੂਸ ਹੋਣੀ ਬੰਦ ਹੋ ਗਈ। ਇਸ ਸਮੇਂ ਸ਼ੁਭਰੀਤ 1 ਸਾਲ ਤੱਕ ਬਿਸਤਰਿਤ ਰਹੀ। ਇਸ ਦੌਰਾਨ ਵੀ ਸ਼ੁਭਰੀਤ ਨੇ ਹਿੰਮਤ ਨਹੀਂ ਛੱਡੀ। ਉਹਨਾਂ ਨੂੰ ਲੱਗਦਾ ਸੀ ਕਿ ਸਭ ਠੀਕ ਹੋ ਜਾਏਗਾ ਪਰ ਇੱਕ ਦਿਨ ਸ਼ੁਭਰੀਤ ਜਦੋਂ ਸਵੇਰ ਨੂੰ ਉੱਠੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਬਿਸਤਰੇ 'ਚ ਕਾਫ਼ੀ ਕੀੜੀਆਂ ਸੀ ਅਤੇ ਜਦੋਂ ਉਹਨਾਂ ਨੇ ਆਪਣੀ ਲੱਤ ਦੇਖੀ ਤਾਂ ਉਹ ਕੀੜੀਆਂ ਉਹਨਾਂ ਦੀ ਲੱਤ ਨੂੰ ਖਾ ਰਹੀਆਂ ਸੀ। ਲੱਤ ਖਰਾਬ ਹੋਣੀ ਸ਼ੁਰੂ ਹੋ ਗਈ। ਸ਼ੁਭਰੀਤ ਅਤੇ ਉਹਨਾਂ ਦੀ ਮਾਤਾ ਜੀ ਨੇ ਲੱਤ ਕੱਟਣ ਦਾ ਫੈਸਲਾ ਕੀਤਾ, ਜਿਸ ਲਈ ਉਹ ਕਈ ਡਾਕਟਰਸ ਅਤੇ ਹੋਸਪਿਟਲ 'ਚ ਗਏ, ਇੱਥੇ ਤੱਕ ਕਿ PGI ਜਿਹੇ ਵੱਡੇ ਹਸਪਤਾਲ 'ਚ ਵੀ ਦਿਖਾਇਆ, ਪਰ ਹਰ ਥਾਂ ਇੱਕ ਹੀ ਜਵਾਬ ਮਿਲਦਾ ਸੀ ਕਿ ਲੱਤ ਪੂਰੀ ਹਿੱਪ ਤੱਕ ਵੱਢਣੀ ਪਏਗੀ। ਪਰ ਜੇ ਹਿੱਪ ਤੋਂ ਹੀ ਲੱਤ ਅਲੱਗ ਕਰ ਦਿੰਦੇ ਤਾਂ ਸ਼ੁਭਰੀਤ ਬੈਠਣ ਦੇ ਕਾਬਲ ਵੀ ਨਹੀਂ ਰਹਿੰਦੀ। ਉਹਨਾਂ ਦੀ ਮਾਤਾ ਜੀ ਨੇ ਕੋਸ਼ਿਸ਼ ਨਹੀਂ ਛੱਡੀ। ਇੰਡੀਆ ਦੇ ਨਾਲ ਹੀ ਉਹਨਾਂ ਨੇ ਬਾਹਰ ਦੇ 8-9 ਮੁਲਕਾਂ 'ਚ ਵੀ ਕੋਸ਼ਿਸ਼ ਕੀਤੀ ਪਰ ਕਿਤੇ ਕੁਝ ਨਾ ਬਣਿਆ। ਅਖੀਰ 'ਚ ਲੁਧਿਆਣਾ ਦੇ ਇੱਕ ਹੋਸਪਿਟਲ ਦੇ ਕੁਝ ਡਾਕਟਰਸ ਇਸ ਕੰਮ ਨੂੰ ਤਿਆਰ ਹੋਏ ਪਰ ਉਹਨਾਂ ਨੇ ਵੀ ਇਹ ਕਿਹਾ ਕਿ ਸਿਰਫ 10% ਹੀ ਚਾਂਸ ਨੇ ਇਸ ਓਪਰੇਸ਼ਨ 'ਚ ਸ਼ੁਭਰੀਤ ਦੇ ਬਚਣ ਦੇ, ਪਰ ਇਹ ਦਿਲ ਨਾਲੋਂ ਮੰਨ ਗਏ। ਮਾਤਾ ਜੀ ਦੱਸਦੇ ਨੇ ਕਿ ਜਦੋਂ ਸ਼ੁਭਰੀਤ ਨੂੰ ਓਪਰੇਸ਼ਨ ਲਈ ਲੈ ਕੇ ਜਾ ਰਹੀ ਸੀ ਤਾਂ ਸਾਡੇ ਸਾਰੇ ਦੇ ਦਿਲਾਂ 'ਚ ਇਹੀ ਸੀ ਕਿ ਪਤਾ ਨਹੀਂ ਮੁੜ ਕੇ ਮਿਲ ਹੋਣਾ ਹੈ ਜਾਂ ਨਹੀਂ। ਪਰ ਸ਼ੁਭਰੀਤ ਹੱਸਦੇ ਹੋਏ ਓਪਰੇਸ਼ਨ ਥੀਏਟਰ ਗਈ। ਓਪਰੇਸ਼ਨ ਹੋਇਆ, ਪਰਿਵਾਰ ਨੂੰ ਆਸ ਨਹੀਂ ਸੀ ਕਿ ਸ਼ੁਭਰੀਤ ਬਚੀ ਹੋਣੀ ਹੈ, ਪਰ ਜਦੋਂ ਡਾਕਟਰਸ ਨੇ ਆ ਕੇ ਦੱਸਿਆ ਕਿ ਓਪਰੇਸ਼ਨ ਠੀਕ ਰਿਹਾ ਤਾਂ ਉਹਨਾਂ ਨੂੰ ਯਕੀਨ ਨਹੀਂ ਹੋਇਆ। ਓਪਰੇਸ਼ਨ ਤੋਂ ਬਾਅਦ ਸ਼ੁਭਰੀਤ ਘਰ ਆ ਗਏ। ਸ਼ੁਭਰੀਤ ਨੂੰ ਡਾਂਸ ਕਰਨਾ ਛੋਟੇ ਹੁੰਦੇ ਤੋਂ ਹੀ ਚੰਗਾ ਲੱਗਦਾ ਸੀ। ਮਾਤਾ ਜੀ ਦੇ ਮਨ੍ਹਾ ਕਰਨ ਤੋਂ ਬਾਅਦ ਵੀ ਉਹਨਾਂ ਨੇ ਘਰ 'ਚ ਡਾਂਸ ਕਰਨਾ ਸ਼ੁਰੂ ਕਰਤਾ, ਜਿਸ ਕਰਕੇ ਫਿਰ ਤੋਂ ਇੱਕ ਵਾਰ ਉਹਨਾਂ ਦਾ ਓਪਰੇਸ਼ਨ ਕਰਨਾ ਪਿਆ ਅਤੇ ਡਾਕਟਰਸ ਨੇ ਕਿਹਾ ਕਿ ਜੇ ਚੰਗੀ ਤਰ੍ਹਾਂ ਰੈਸਟ ਨਹੀਂ ਕੀਤੀ ਤਾਂ ਸ਼ਾਇਦ ਪੂਰੀ ਹੀ ਲੱਤ ਅਲੱਗ ਕਰਨੀ ਪਵੇ। ਦੋਸਤੋ, ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਸ਼ੁਭਰੀਤ ਨੇ ਡਾਂਸ ਕਲਾਸਿਸ ਜੁਆਇਨ ਕੀਤੀਆਂ, ਕਿਉਂਕਿ ਥੱਕ ਹਾਰ ਕੇ ਬੈਠ ਜਾਣਾ ਉਹਨਾਂ ਦੇ ਖੂਨ 'ਚ ਨਹੀਂ ਸੀ ਅਤੇ ਨਾ ਹੀ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਨੂੰ ਇਹ ਸਿਖਾਇਆ ਸੀ। ਡਾਂਸ ਸਿੱਖਣ ਤੋਂ ਬਾਅਦ ਸ਼ੁਭਰੀਤ ਨੇ TV ਰਿਐਲਿਟੀ ਸ਼ੋਅ ਇੰਡੀਆ ਗੋਟ ਟੈਲੈਂਟ 'ਚ ਹਿੱਸਾ ਲਿਆ। ਉਹਨਾਂ ਦੀ ਪਰਫਾਰਮੈਂਸ ਦੇਖ ਕੇ ਸ਼ੋਅ ਦੇ ਜੱਜ ਅਤੇ ਲੋਕ ਹੀ ਨਹੀਂ ਇੰਡੀਆ ਦੇ ਨਾਲ ਹੀ ਕਈ ਮੁਲਕਾਂ ਦੇ ਲੋਕ ਵੀ ਹੈਰਾਨ ਰਹਿ ਗਏ। ਸ਼ੋਅ ਦੇ ਜੱਜਸ ਨੇ ਸ਼ੁਭਰੀਤ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ।
ਸ਼ੁਭਰੀਤ ਇਸ ਸ਼ੋਅ ਨਾਲ ਇੱਕ ਰਾਤ 'ਚ ਹੀ ਸਟਾਰ ਬਣ ਗਈ। ਬਾਲੀਵੁੱਡ ਐਕਟਰ ਸਲਮਾਨ ਖਾਨ ਵੀ ਉਹਨਾਂ ਦੀ ਪਰਫਾਰਮੈਂਸ ਦੇਖ ਕੇ ਹੈਰਾਨ ਰਹਿ ਗਏ ਅਤੇ ਸ਼ੁਭਰੀਤ ਲਈ ਟਵੀਟ ਕੀਤਾ, ਵਾਹ ਯਾਰ ਹਿਟਸ ਆਫ, ਕਮਾਲ ਹੈ। ਇਸ ਸ਼ੋਅ ਤੋਂ ਬਾਅਦ ਸ਼ੁਭਰੀਤ ਕਲਰਸ ਦੇ ਸ਼ੋਅ ਝਲਕ ਦਿਖਲਾਜਾ ਦੇ 8ਵੇਂ ਸੀਜ਼ਨ 'ਚ ਵੀ ਨਜ਼ਰ ਆਈ। ਨਾਮ ਅਤੇ ਫੇਮ ਸ਼ੁਭਰੀਤ ਨੂੰ ਸਭ ਮਿਲਿਆ, ਇੰਡੀਆ ਤੋਂ ਲੈ ਕੇ ਵਿਦੇਸ਼ਾਂ ਤੱਕ ਉਹਨਾਂ ਦਾ ਚਰਚਾ ਸੀ। ਫਿਰ ਸ਼ੁਭਰੀਤ ਨੂੰ ਯਸ਼ ਮੱਕੜ ਜੀਵਨ ਸਾਥੀ ਦੇ ਰੂਪ 'ਚ ਮਿਲਿਆ, ਦੋਨਾਂ ਦਾ ਵਿਆਹ ਹੋਇਆ। ਪਰਿਵਾਰ ਦੇ ਨਾਲ ਹੀ ਸ਼ੁਭਰੀਤ ਵੀ ਕਾਫੀ ਖੁਸ਼ ਸੀ, ਕਿਉਂਕਿ ਮਾੜਾ ਟਾਈਮ ਦੇਖਣ ਤੋਂ ਬਾਅਦ ਉਹਨਾਂ ਦੀ ਲਾਈਫ ਫਿਰ ਤੋਂ ਇੱਕ ਵਾਰ ਪਟਰੀ 'ਤੇ ਸੀ। ਪਰ ਉਹਨਾਂ ਦਾ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਚੱਲਿਆ, ਸਿਰਫ 2 ਮਹੀਨੇ ਬਾਅਦ ਹੀ ਉਹਨਾਂ ਦਾ ਇਹ ਰਿਸ਼ਤਾ ਟੁੱਟ ਗਿਆ ਅਤੇ ਤਲਾਕ ਹੋ ਗਿਆ। ਸ਼ੁਭਰੀਤ ਨੇ ਦੱਸਿਆ ਕਿ ਜਿਸ 'ਤੇ ਯਕੀਨ ਕੀਤਾ ਸੀ ਉਸ ਤੋਂ ਧੋਖਾ ਮਿਲਿਆ, ਉਸਨੇ ਵਿਆਹ ਸਿਰਫ ਨਾਮ ਅਤੇ ਪੈਸੇ ਲਈ ਕੀਤਾ। ਵਿਆਹ ਟੁੱਟਣ ਤੋਂ ਬਾਅਦ ਸ਼ੁਭਰੀਤ ਡਿਪਰੈਸ਼ਨ 'ਚ ਚਲੀ ਗਈ, ਪਰ ਆਪਣੇ ਆਪ ਨੂੰ ਸੰਭਾਲਦੇ ਹੋਏ ਉਹਨਾਂ ਨੇ ਫਿਰ ਇੱਕ ਵਾਰ ਮੁੜ ਡਾਂਸ 'ਚ ਕਦਮ ਰੱਖਿਆ ਅਤੇ ਆਪਣੀ ਫਿਟਨੈਸ ਵੱਲ ਧਿਆਨ ਦੇਣ ਲੱਗੇ। ਕੁਝ ਸਮੇਂ ਬਾਅਦ ਉਹ ਅਮੈਰੀਕਾ ਚਲੇ ਗਏ। ਸਭ ਯਾਦਾਂ ਨੂੰ ਪਿੱਛੇ ਛੱਡਣ ਤੋਂ ਬਾਅਦ ਸ਼ੁਭਰੀਤ ਅੱਗੇ ਵਧਣ ਲੱਗੇ, ਪਰ ਮਾੜਾ ਸਮਾਂ ਉਹਨਾਂ ਨੂੰ ਪਰਖਣ ਤੋਂ ਨਹੀਂ ਹਟਿਆ। ਇੱਥੇ ਆ ਕੇ ਉਹਨਾਂ ਨੂੰ ਲੂਪੂਸ ਨਾਮ ਦੀ ਬਿਮਾਰੀ ਨੇ ਆ ਕੇ ਰਿਹਾ, ਜਿਸ ਬਾਰੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਣੀ ਇੱਕ ਫੋਟੋ ਸਾਂਝੀ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ। ਫੋਟੋ 'ਚ ਉਹਨਾਂ ਦੀ ਇਸ ਬਿਮਾਰੀ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਲੂਪੂਸ ਨਾਮ ਦੀ ਇਸ ਬਿਮਾਰੀ 'ਚ ਸਰੀਰ ਦੇ ਟਿਸ਼ੂਜ਼ ਨੂੰ ਇਮਿਊਨ ਸਿਸਟਮ ਨੁਕਸਾਨ ਪਹੁੰਚਾਉਂਦਾ ਹੈ, ਜਿਸ ਦਾ ਅਸਰ ਸਕਿਨ 'ਤੇ ਨਜ਼ਰ ਆਉਂਦਾ ਹੈ ਅਤੇ ਸਰੀਰ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ। ਸ਼ੁਭਰੀਤ ਨੇ ਆਪਣੀ ਇਸ ਪੋਸਟ ਦੇ ਅਖੀਰ 'ਚ ਲਿਖਿਆ ਕਿ ਪਰਮਾਤਮਾ, ਤੁਸੀਂ ਇਸ ਵਾਰ ਮੈਨੂੰ ਲੂਪੂਸ ਨਾਮ ਦੀ ਬਿਮਾਰੀ ਦਿੱਤੀ, ਤੁਹਾਡਾ ਇਸ ਲਈ ਬਹੁਤ ਬਹੁਤ ਧੰਨਵਾਦ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਬਹੁਤ ਜ਼ਿੱਦੀ ਹਾਂ, ਮੈਂ ਲੜਾਂਗੀ। ਤੁਸੀਂ ਮੈਨੂੰ ਜੋ ਬਿਮਾਰੀ ਦਿੱਤੀ ਮੈਂ ਉਸ ਨਾਲ ਵੀ ਲੜਾਂਗੀ। ਦੋਸਤੋ, ਸ਼ੁਭਰੀਤ ਦੇ ਇਸ ਹੌਸਲੇ ਅਤੇ ਜਜ਼ਬੇ ਨੂੰ ਸਲਾਮ। ਸ਼ੁਭਰੀਤ ਕੋਈ ਆਮ ਇਨਸਾਨ ਨਹੀਂ ਹੋ ਸਕਦੀ, ਕਿਉਂਕਿ ਇੰਨਾ ਸਭ ਚੱਲਣ ਤੋਂ ਬਾਅਦ ਸ਼ਾਇਦ ਕੋਈ ਆਮ ਇਨਸਾਨ ਹੁੰਦਾ ਤਾਂ ਹਿੰਮਤ ਛੱਡ ਚੁੱਕਾ ਹੁੰਦਾ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸ਼ੁਭਰੀਤ ਦਾ ਇਹ ਹੌਸਲਾ ਹਮੇਸ਼ਾ ਬਣਿਆ ਰਹੇ, ਉਹਨਾਂ ਦੀ ਇਹ ਬਿਮਾਰੀ ਜਲਦੀ ਠੀਕ ਕਰਨ ਅਤੇ ਸ਼ੁਭਰੀਤ ਨੇ ਆਪਣੇ ਜੀਵਨ 'ਚ ਜੋ ਵੀ ਕਰਨ ਦਾ ਸੋਚਿਆ ਹੋਇਆ ਉਸ ਕੰਮ 'ਚ ਉਹ ਸਫਲ ਹੋਣ। ਦੋਸਤੋ, ਉਮੀਦ ਕਰਦੇ ਹਾਂ ਕਿ ਸ਼ੁਭਰੀਤ ਕੌਰ ਘੁੰਮਣ ਦੇ ਬਾਰੇ ਜਾਣ ਕੇ ਤੁਹਾਡੇ 'ਚ ਹੌਸਲਾ ਅਤੇ ਉਤਸ਼ਾਹ ਵਧਿਆ ਹੋਏਗਾ। ਸਾਨੂੰ ਸ਼ੁਭਰੀਤ ਤੋਂ ਕੁਝ ਸਿੱਖਣਾ ਚਾਹੀਦਾ ਹੈ, ਕਿਉਂਕਿ ਸ਼ਾਇਦ ਇਨਸਾਨ ਸਰੀਰ ਦਾ ਕੋਈ ਹਿੱਸਾ ਗਵਾਉਣ 'ਤੇ ਅੰਗਹੀਣ ਨਹੀਂ ਹੁੰਦਾ। ਅੰਗਹੀਣ ਉਹ ਉਦੋਂ ਹੁੰਦਾ ਹੈ ਜਦੋਂ ਉਹ ਆਪਣੀ ਇਸ ਕਮਜ਼ੋਰੀ ਬਾਰੇ ਸੋਚਣ ਲੱਗ ਜਾਂਦਾ ਹੈ। ਤੁਹਾਨੂੰ ਸ਼ੁਭਰੀਤ ਬਾਰੇ ਇਹ ਗੱਲਾਂ ਜਾਣ ਕੇ ਕਿਵੇਂ ਦਾ ਲੱਗਿਆ? ਆਪਣੇ ਵਿਚਾਰ ਕਮੈਂਟਸ ਰਾਹੀਂ ਜ਼ਰੂਰ ਸਾਂਝੇ ਕਰਿਓ। ਇਨਫੋਰਮੇਸ਼ਨ ਚੰਗੀ ਲੱਗੇ ਤਾਂ ਲਾਈਕ ਕਰਨ ਦੇ ਨਾਲ ਹੀ ਆਪਣੇ ਉਹਨਾਂ ਦੋਸਤਾਂ ਨਾਲ ਜ਼ਰੂਰ ਸਾਂਝੀ ਕਰਿਓ ਜੋ ਛੋਟੀ ਛੋਟੀ ਮੁਸ਼ਕਿਲ ਅਤੇ ਹੌਸਲਾ ਛੱਡ ਦਿੰਦੇ ਨੇ। ਅੱਜ ਦੀ ਜਾਣਕਾਰੀ ਬਸ ਇੱਥੇ ਤੱਕ ਹੀ। ਹੁਣ ਮੈਂ ਲੈਣਾ ਤੁਹਾਡੇ ਤੋਂ ਇਜਾਜ਼ਤ ਅਤੇ ਮਿਲਦੇ ਹਾਂ ਜਲਦੀ ਹੀ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ 'ਤੇ ਪ੍ਰੈਸ ਕਰੋ।